ਜੇ ਕਿਸੇ ਨੇ ਵੀਲ ਲੈਣੇ ਆ ਵਾਈ ਵੀਲ 3-4 ਸੈੱਟ ਪਏ ਆਪਣੇ ਕੋਲ, ਹਾਰਲੇ ਸਟਾਈਲ ਖੁੱਲੇ ਵਾਲੇ ਵੀ ਹੈਗੇ, 52 ਸਪੋਕਸ ਵਾਲੇ ਵੀ ਹੈਗੇ ਆ, ਅਤੇ ਇਹਦੇ ਵਿੱਚ ਇੱਕ 62 ਸਪੋਕਸ ਉਹ ਵੀ ਹੈਗੇ ਆ। ਹਾਂ, ਦੋਨੋਂ ਸਪੋਕਸ ਵਾਲੇ ਪਏ ਆ। ਆਹ ਓਲਡ ਮਾਡਲ ਦੇ 3S ਪਏ ਆ, ਮਰਸੀਡੀਜ਼ ਰਾਊਂਡ ਕੱਟ ਓਪਨ ਮਰਸੀਡੀਜ਼ ਵਾਲਾ ਵੀਲ ਆ ਇਹ। ਜੇ ਕਿਸੇ ਨੇ ਕਰਾਉਣੀ ਹੋਵੇ ਜਿਪਸੀ, ਜੀਪ, ਬੁਲਟ, ਜਾਮਾ, ਮਤਲਬ ਗੱਡੀ ਕੋਈ ਵੀ ਹੋਵੇ, ਕੋਈ ਵੀ, ਬਸ ਇਹ ਕਿ ਬੰਦਾ ਸ਼ੌਂਕ ਵਾਲਾ ਹੋਵੇ। ਭਾਅ ਜੀ ਇਹਦੇ ਵਿੱਚ MPFI ਇੰਜਨ ਕਰ ਦਿੱਤਾ ਆ, ਜਿਹਨਾਂ ਨੂੰ ਜਿਪਸੀ ਦੀ ਨੌਲੇਜ ਹੈਗੀ ਆ, ਪੈਟਰੋਲ MPFI ਓਰੀਜਨਲ ਜਿਪਸੀ ਦਾ ਇੰਜਨ ਹੈ, ਇਹ MPFI ਕਰ ਦਿੱਤਾ। 5 ਸਪੀਡ ਗੇਅਰ ਬਾਕਸ ਲਾਤਾ, 4x4 ਲਾਤਾ, ਹਿੱਸੇ ਵੱਡੇ ਪਾਤੇ ਆ। ਇੰਨਾ ਗੁੰਡਾ ਕਰਦੀ ਜੋ ਫੇਮ ਖੱਟ ਹੋ ਗਿਆ ਜੀ ਸਾਲਾ, ਕਾਂਡ ਕੋਈ ਕਰੇ ਨਾ ਮਸਾਡਾ ਲੱਗਦਾ। ਲਓ ਬਈ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਜਿਪਸੀਆਂ, ਜੀਪਾਂ ਤੇ ਬੁਲਟ ਕਿੱਦਾਂ ਤਿਆਰ ਹੁੰਦੇ ਆ। ਸਭ ਤੋਂ ਪਹਿਲਾਂ ਤੁਸੀਂ ਲੋਕੇਸ਼ਨ ਦੇਖ ਲਓ ਕਿ ਭਾਈ ਨੇ ਘਰ ਨੂੰ ਹੀ ਗਰਾਜ ਬਣਾਇਆ ਪਿਆ ਆ, ਤੇ ਗੱਲ ਕਰਾਉਂਦੇ ਹਾਂ ਹੁਣ ਤੁਹਾਡੀ ਭਾਈ ਦੇ ਨਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭਾਅ ਜੀ ਸਭ ਤੋਂ ਪਹਿਲਾਂ ਦੱਸੋ ਘਰ ਦੇ ਵਿੱਚ ਹੀ ਕੀ ਸਿਸਟਮ ਤੁਸੀਂ ਆ ਕੰਮ ਜਾਮ ਸੈੱਟ ਕੀਤਾ ਆ? ਉਹਦਾ ਚੱਕਰ ਇਹ ਕਿ ਜਿੱਦਾਂ ਸਾਡੇ ਕਮੈਂਟ ਵਗੈਰਾ ਬਹੁਤ ਆਉਂਦੇ ਸੱਜਣ ਮਿੱਤਰਾਂ ਦੇ, ਫੋਨ ਵੀ ਆਉਂਦੇ ਕਿ ਕੰਮ ਕਿੱਥੇ ਕਰਦੇ ਆ, ਕਿੱਥੇ ਕਰਦੇ, ਕੀ ਆ, ਕੀ ਲੋਕੇਸ਼ਨ ਆ, ਕਿੱਦਾਂ ਆ। ਤੇ ਭਾਅ ਜੀ ਆਪਣਾ ਛੋਟਾ ਜਿਹਾ ਗੈਰੇਜ ਬਣਾਇਆ ਆ, ਚੈੱਕ ਕਰ ਲਓ। ਸਾਰਾ ਕੰਮ ਹੁੰਦਾ ਆਪਣਾ, ਜਿਹੜਾ ਆਪਾਂ ਕਹਿ ਦਈਏ ਤਸੱਲੀ ਬਖਸ਼, ਕਿਉਂਕਿ ਦਿਨ ਵੀ ਲਾ ਲਈਦਾ, ਰਾਤ ਵੀ ਲਾ ਲਈ ਦੀ ਆ, ਦੋ ਰਾਤਾਂ ਵੀ ਲਾ ਲਈ ਦੀਆਂ, ਟੈਨਸ਼ਨ ਨਹੀਂ ਆਈ। ਗਰਾਜ 'ਚ ਜਾਣ ਦਾ ਇਹ ਚੱਕਰ ਰਹਿੰਦਾ ਕਿ ਮਤਲਬ ਕਿ 8 ਘੰਟੇ 10 ਘੰਟੇ ਉੱਠ ਕੇ ਜਾਓ ਕਰੋ, ਇੱਥੇ ਜਿੰਨਾ ਟਾਈਮ ਵਿਹਲਾ ਬੰਦੇ 10 ਮਿੰਟ ਦਾ ਵੀ ਵਿਹਲ ਮਿਲਦਾ ਕੰਮ ਕਰਨਾ। ਭਾਅ ਜੀ ਹੁਣ ਜਿੱਦਾਂ ਤੁਹਾਡੇ ਸਾਹਮਣੇ ਪਿੱਛੇ ਗੱਡੀ ਦਾ ਕੰਮ ਚੱਲਦਾ ਪਿਆ, ਹਾਂਜੀ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ, ਤਸੱਲੀ ਨਾਲ ਕੰਮ ਕਰਨਾ ਆ। ਇਹ ਨਹੀਂ ਕਿਸੇ ਦਾ ਨੱਟ ਖੁੱਲ ਗਿਆ, ਟਾਇਰ ਟਾਇਟ ਕਰਨਾ, ਲੈਦਰ ਪਾਣੀ, ਉਹ ਟੈਨਸ਼ਨ। ਹਾਂ, ਜਿਹੜੀ ਚੀਜ਼ ਛੇੜ ਲਈ ਉਹ ਕੰਪਲੀਟ ਕਰੋ। ਹੁਣ ਆ ਇੱਕ ਤੁਹਾਡੇ ਸਾਹਮਣੇ ਗੱਡੀ ਲੱਗੀ ਹੋਆ, ਇਹ ਜਿਪਸੀ 99 ਮਾਡਲ ਹੈ, ਇਹਨੂੰ ਆਪਾਂ ਲੇਟੈਸਟ ਮਾਡਲ 'ਚ ਕਨਵਰਟ ਕਰ ਦੇਣੀ ਆ। ਕੀ ਕਰ ਦਿੱਤਾ ਹੁਣ ਤੱਕ ਇਹਦਾ? ਭਾਅ ਜੀ ਇਹਦੇ ਵਿੱਚ MPFI ਇੰਜਨ ਕਰ ਦਿੱਤਾ ਆ, ਜਿਹਨਾਂ ਨੂੰ ਜਿਪਸੀ ਦੀ ਨੌਲੇਜ ਹੈਗੀ ਆ, ਪੈਟਰੋਲ MPFI ਓਰੀਜਨਲ ਜਿਪਸੀ ਦਾ ਇੰਜਨ ਹੈ, ਇਹ MPFI ਕਰ ਦਿੱਤਾ। 5 ਸਪੀਡ ਗੇਅਰ ਬਾਕਸ ਲਾਤਾ, 4x4 ਲਾਤਾ, ਹਿੱਸੇ ਵੱਡੇ ਪਾਤੇ ਆ, ਵਾਇਰਿੰਗ, ECM ਸਾਰਾ ਕੁਝ ਆ ਰਿਹਾ ਇਹਦਾ। ਇੰਨੇ ਸਾਫ ਇੰਜਨ ਲੈ ਕੇ ਕਿੱਥੋਂ ਆਉਂਦੇ ਆ? ਮਿਲ ਜਾਂਦੇ ਭਾਅ ਜੀ, ਬਾਕੀ ਡੈਂਪਿੰਗ ਇਹ ਦੱਸੀਏ ਤਾਂ ਆਪਣੇ ਹੁਸ਼ਿਆਰਪੁਰ ਏਰੀਆ 'ਚ ਗੱਡੀ ਰਹਿਣੀ ਆ, ਅਤੇ ਭਾਅ ਜੀ ਜਿਹੜੀ ਬਾਹਰ ਆ ਇਹ ਡੈਂਪਿੰਗ ਗੱਡੀ ਫੁੱਲ ਡੈਂਪ ਹੋਈ ਆ ਗੱਡੀ, ਅੰਦਰੋਂ ਬਾਹਰੋਂ ਦੋਨੋਂ ਸਾਈਡਾਂ ਤੋਂ ਅਸੀਂ ਚੈੱਕ ਕਰ ਸਕਦੇ ਹਾਂ ਡੈਂਪਿੰਗ। ਭਾਅ ਜੀ A to Z ਤਿਆਰ ਕਰਦੇ ਪਏ ਆ? ਸਾਰੀ ਹੋਣੀ ਭਾਅ ਜੀ, ਇਹ ਟਾਇਰ ਸਸਪੈਂਸ਼ਨ ਦਾ ਕੰਮ ਹੋ ਗਿਆ, ਅਪਲਿਫਟ ਹੋ ਗਈ ਹੈ ਗੱਡੀ, ਉੱਚੀ ਹੋ ਗਈ, ਇਹਦੇ ਵਿੱਚ ਵੀ ਮੈਕਸਿਸ ਦਾ 235 ਟਾਇਰ ਪੈਣਾ ਆ, ਰਿਮ ਵੀ ਸਟੀਲ ਰਿਮ ਪੈਣੇ, ਤਾਂ ਜਸਟ ਇੱਕ ਡੰਮੀ ਲਿਆ ਅੱਗੇ ਪਿੱਛੇ ਕਰਨ ਨੂੰ ਪਾਇਓ ਆ, ਪਰ 8 ਵੀਲ ਨਹੀਂ, ਇਹਦੇ ਵਿੱਚ ਐਮਟੀ ਟਾਇਰ ਪੈਣੇ ਆ। ਵੀਲ ਹੋ ਗਏ, ਇੰਟੀਰੀਅਰ ਇਹਦਾ ਤਿਆਰ ਪਿਆ, ਅਸੀਂ ਚੱਕ ਕਰਦੇ ਇੱਧਰ ਸੀਟਾਂ ਆ ਗਈਆਂ, ਹੁਣ ਚਲੋ ਮੀਂਹ ਨੇਰੀ ਕਰਕੇ ਮਿੱਟੀ ਪਈ ਆ, ਸੀਟਾਂ ਤਿਆਰ, ਸਾਰਾ ਮਿਊਜ਼ਿਕ ਸਿਸਟਮ ਆ ਗਿਆ, ਰੌਕਫੋਰਡ ਦਾ ਡਬਲ ਕੋਇਲ ਵੂਫਰ ਆ, ਰੌਕਫੋਰਡ ਦੇ P2 ਸੀਰੀਜ਼ ਦੇ, ਸਾਰਾ ਸਮਾਨ ਇਹਦਾ ਹੀ ਆ। ਕੰਮ ਕਰਨ ਤੋਂ ਪਹਿਲਾਂ ਤੁਸੀਂ ਸਮਾਨ ਲਿਆ ਕੇ ਸਾਈਡ ਕਰ ਦਿੰਦੇ ਆ ਨਾ? ਹਾਂ, ਰੇਂਜ ਭਾਈ ਹੋਣਾ ਚਾਹੀਦਾ, ਕਿ ਜੋ ਫਿਟਿੰਗ ਪਾਣੀ ਸ਼ੁਰੂ ਕਰਦੀ ਮੌਕੇ ਤੇ ਸਮਾਨ ਨਾ ਹੋਵੇ, ਇੱਕ ਚੀਜ਼ ਕਰਕੇ ਕੰਮ ਰੁਕ ਜਾਂਦਾ ਹੈ। ਤੇ ਗੱਲ ਕਰੀਏ ਟਾਈਮ ਕਿੰਨਾ ਕੁ ਲੱਗ ਜਾਂਦਾ? ਭਾਜੀ 2.5-3 ਮਹੀਨੇ ਆਰਾਮ ਨਾਲ ਲੱਗ ਜਾਂਦੇ ਆ। ਜੇ ਖਿੱਚ ਕੇ ਕਰੀਏ 2.5-3 ਮਹੀਨੇ ਆਰਾਮ ਨਾਲ, ਖਿੱਚ ਕੇ 2.5-3 ਮਹੀਨੇ ਆਰਾਮ ਨਾਲ ਕਰਨਾ ਹੋਵੇ ਤਾਂ 4-5 ਮਹੀਨਾ ਆਰਾਮ ਨਾਲ। ਹੁਣ ਆਹ ਜਿਪਸੀ ਦਾ ਸਮਾਨ ਆ ਗਿਆ, ਇੱਧਰ ਦਿੱਲੀ ਜੀਪ ਦਾ ਸਮਾਨ ਆ ਦੇਖੋ ਪਿਆ, ਦਿੱਲੀ ਜੀਪ ਵੀ ਇੱਕ ਕੰਮ ਤੇ ਲਿਆ ਯਾਰ। ਉਹ ਇੱਕ ਕਹਾਵਤ ਨਹੀਂ ਆ ਕਿ ਜਿਹਨੂੰ ਕੰਮ ਦਾ ਤਰੀਕਾ ਉਹਨੂੰ ਇੱਥੇ ਹੀ ਅਮਰੀਕਾ, ਕੰਮ ਕਰਨ ਨੂੰ ਜਗ੍ਹਾ ਚਾਹੀਦੀ ਆ, ਕੰਮ ਕਲਾ ਹੋਣੀ ਚਾਹੀਦੀ ਆ, ਕਰ ਜਿੱਥੇ ਮਰਜ਼ੀ ਦੋ। ਉਹ ਇੱਕ ਜੀਪ ਹੋ ਗਿਆ, ਜਿਪਸੀ ਦਾ ਸਮਾਨ ਹੋ ਗਿਆ, ਇੱਕ ਆਹ ਜੀਪ ਲੱਗੀ ਹੋ ਕੰਮ ਤੇ, ਉਹ ਇਹ ਵੀ ਐਂਗਰੀ ਬਰਡ ਗ੍ਰਿਲ 'ਚ ਥਾਰ ਹੈ, 550 ਤੋਂ ਥਾਰ ਕਨਵਰਟ ਕਰਨੀ ਆ, ਉਹਦਾ ਕੰਮ ਚੱਲਦਾ ਪਿਆ ਆ। ਤੇ ਬਾਕੀ ਇੱਧਰ ਆ ਜੀ ਜਿਪਸੀ ਦਾ ਸਮਾਨ ਪਿਆ, ਹੋਰ ਆਪਣਾ ਜੋ ਆਪਣਾ ਪਰਸਨਲ ਸਮਾਨ ਹੋ ਗਿਆ ਸਾਰਾ ਉਹ ਪਿਆ ਭਾਈ ਹੋ ਗਿਆ, ਕਿਉਂਕਿ ਮਿੱਟੀ ਤੂਫਾਨ ਤੂਫਾਨ ਆਇਆ ਸੀ ਉਹਦੇ ਕਰਕੇ ਗੰਦਾ ਹੋਇਆ ਆ, ਬਾਕੀ ਉਹ ਅਸੈਂਬਲਿੰਗ ਹੋਣੀ ਸਾਰਾ ਸਾਫ਼ ਸੁਫ਼ ਕਰਕੇ ਵਾਸ਼ ਕਰਕੇ ਫੇਰ ਅਸੈਂਬਲ ਹੋਣਾ ਸਾਰਾ। ਤੇ ਦੱਸ ਦਈਏ ਕਿ ਬੁਲਟਾਂ ਦਾ ਵੀ ਕੰਮ ਭਾਜੀ ਕਰਦੇ ਪਿਆ ਆਪਣੇ ਕੋਲ? ਜੇ ਕਿਸੇ ਨੇ ਵੀਲ ਲੈਣੇ ਆ, ਵਾਈ ਵੀਲ 3-4 ਸੈੱਟ ਪਏ ਆਪਣੇ ਕੋਲ, ਹਾਰਲੇ ਸਟਾਈਲ ਖੁੱਲੇ ਵਾਲੇ ਵੀ ਹੈਗੇ, 52 ਸਪੋਕਸ ਵਾਲੇ ਵੀ ਹੈਗੇ ਆ, ਤੇ ਇਹਦੇ ਵਿੱਚ ਇੱਕ 62 ਸਪੋਕਸ ਉਹ ਵੀ ਹੈਗੇ ਆ। ਹਾਂ, ਦੋਨੋਂ ਸਪੋਕਸ ਵਾਲੇ ਪਏ ਆ, ਆਹ ਓਲਡ ਮਾਡਲ ਦੇ 3S ਪਏ ਆ, ਮਰਸੀਡੀਜ਼ ਰਾਊਂਡ ਕੱਟ ਓਪਨ ਮਰਸੀਡੀਜ਼ ਵਾਲਾ ਵੀਲ ਆ ਇਹ ਯਾਰ, ਜੇ ਕਿਸੇ ਨੂੰ ਚਾਹੀਦੇ ਹੋਊਗੇ ਸਹੀ ਰੇਟ ਤੇ ਚਕਾ ਦੇਵਾਂਗੇ। ਬੁਲਟ ਦੀਆਂ ਟੈਂਕੀਆਂ, ਰਿਮ ਤੇ ਬੁਲਟ ਦੀਆਂ ਟੈਂਕੀਆਂ ਵੀ ਭਾਅ ਜੀ ਆਪਣੇ ਕੋਲ ਪਈਆਂ ਆ, ਇਲੈਕਟ੍ਰਿਕ ਦੀਆਂ ਸਟੈਂਡਰਡ ਦੀਆਂ, ਰਿਮ ਪਿਓ ਆ, ਟਾਇਰ 2 ਜੋੜੀ ਲੈਣੀ, 4 ਜੋੜੀ ਜਿਪਸੀ ਓਰੀਜਨਲ ਟਾਇਰ ਵੀ ਪਿਓ ਆ, ਹੁੱਡ ਵੀ ਪਈਆਂ, ਕਾਫੀ ਸਮਾਨ ਆ, ਬੁਲਟ ਸਪੇਅਰ ਪਾਰਟ ਯਾਰ ਇਹ ਸਾਰਾ ਕੁਝ ਦੇਣਾ ਹੀ ਆ। ਹਾਂ, ਝੂਲੇ ਹੋ ਗਏ, ਡਿੱਗੀਆਂ ਹੋ ਗਈਆਂ, ਮਟਗਾਰਡ ਚਾਹੀਦੀ ਤੁਹਾਨੂੰ ਉਹ ਵੀ ਪਿਓ ਆ, ਟੈਂਕੀਆਂ ਵੀ ਮਿਲ ਜੂਗੀਆਂ, ਚੈਸੀ ਚਾਹੀਦੀ ਆ,
ਉਹ ਵੀ ਮਿਲ ਜੂਗੀਆਂ। ਕਾਫੀ ਸਮਾਨ ਹੈ ਆਪਣੇ ਕੋਲ ਨਾ, ਸਭ ਤੋਂ ਵਾਧੂ ਅਲੋਏ ਵੀ ਲੈਣੇ ਵਾਲੇ ਆ। ਇੰਜਨ ਫੁੱਲ ਪਿਆ ਆ, ਚੈੱਕ ਕਰ ਲਓ, ਕੰਪਲੀਟ ਇੰਜਨ ਆ, ABL ਇੰਜਨ ਪੂਰਾ ਪਿਆ ਆ, ਸ਼ੌਕਰ ਰੋਡਾਂ ਚਾਹੀਦੀਆਂ ਉਹ ਵੀ ਮਿਲ ਜੂਗੀਆਂ, ਹੈੱਡ ਚਾਹੀਦਾ ਉਹ ਵੀ ਮਿਲ ਜੂਗਾ, ਆਪਣੇ ਇਲੈਕਟਰ ਸਟੈਂਡਰਡ ਟੂ ਇਲੈਕਟਰ ਕਨਵਰਟ ਕਰਨਾ ਉਹਦੇ ਚੈਂਬਰ ਉਹ ਵੀ ਮਿਲ ਜੂਗੇ। ਬੋਲਟ ਦਾ ਸਾਰਾ ਸਮਾਨ ਹੀ ਦੇ ਦੋਗੇ, ਆਰਮੀ ਦੇ ਬੈਂਡ ਲੌਂਗ ਨੋਜ਼ ਵਾਲੇ ਵਿਦ ਸਿਟੀ, ਇਹ ਸਿਟੀ ਵਾਲਾ ਆ, ਠੀਕ ਆ, ਜਿਹਨੂੰ ਨੌਲੇਜ ਹੈਗੀ ਉਹਨੂੰ, ਇਹ ਤਾਂ ਨਵਾਂ ਹੀ ਲੱਗਦਾ ਮੈਨੂੰ, ਜੇ ਤਾਂ ਨਿਕਲ ਕਰਵਾਇਆ ਭਾਜੀ, ਇਹ ਪਹਿਲਾਂ ਆਉਂਦੇ ਸੀ ਹੁਣ ਨਹੀਂ ਆਉਂਦੇ ਹੈਗੇ, ਬਟ ਇਹ ਸਿਟੀ ਵਾਲਾ ਬੈਂਡ ਆ ਆਪਣੇ ਕੋਲ ਪਿਆ। ਬਾਕੀ ਯਾਰ ਆਪਣੇ ਕੋਲ ਅਲੋਏ ਵੀਲਾਂ ਵਾਲੇ ਬੰਦੇ ਵਾਧੂ ਆ, ਦੇਖ ਲਓ ਪਏ, ਦੋ ਤਿੰਨ ਸੈੱਟ ਤਾਂ ਹੈਗੇ ਨਾ ਆਪਣੇ ਕੋਲ, ਤਿੰਨ ਦੇ ਵੀ ਚਾਰ ਸੈੱਟ ਹੈਗੇ, ਤਿੰਨ ਚਾਰ ਸੈੱਟ ਆਪਣੇ ਕੋਲ ਹੈਗੇ ਆ, ਜਿਹਨੂੰ ਚਾਹੀਦੇ ਆ ਦੇ ਦੇਵਾਂਗੇ ਸਹੀ ਰੇਟ ਦੇ ਉੱਤੇ। ਬੁਲਟ ਪਿਆ ਬੋਰੇ ਦੇ ਵਿੱਚ? ਹਾਂ ਹਾਂ, ਖੋਲ ਕੇ ਪਾਇਆ ਆ, ਸਮਾਨ ਸਾਰਾ, ਡਿੱਗੀਆਂ ਡੁੱਗੀਆਂ, ਏਅਰ ਫਿਲਟਰ ਹੋ ਗਏ, ਮਡਗਾਰਡ ਮੁਰਗੂਡ ਸਾਰਾ ਕੁਝ ਹੈਗਾ। ਮੌਕੇ ਤੇ ਤੁਸੀਂ ਕਰ ਦੋਗੇ ਖੜਾ ਹਨਾ ਇਹਨੂੰ? ਜਿੱਦਾਂ ਜਿੱਦੀ ਸਪੀਕਰ ਚਾਹੀਦਾ ਸਪੀਕਰ ਵੀ ਮਿਲ ਜੂਗਾ, ਇੱਕ ਉਹ ਵੀ ਰੱਖਿਆ ਆ, ਸੱਟ ਲੱਗੇ ਕੰਮ ਕਰਨੇ ਕਿਹੜਾ ਸੌਖੇ ਆ। ਬੁਲਟ ਇੱਕ ਜੀਪਾਂ ਤੇ ਇੱਕ ਜਿਪਸੀਆਂ। ਬਾਕੀ ਯਾਰ ਪੁਰਾਣੀਆਂ ਗੱਡੀਆਂ ਜਿੱਦਾਂ ਕਈਆਂ ਦੇ ਕੋਲ ਕੰਟੈਸਾ ਵਗੈਰਾ ਹੈਗੀਆਂ, ਮਿਲ ਜੂ ਸਪੇਅਰ ਪਾਰਟ ਜੇ ਕਿਸੇ ਨੇ ਤਿਆਰ ਕਰਾਣੀ ਹੋਵੇ? ਆਰਡਰ ਤੇ ਸਪੇਅਰ ਪਾਰਟ ਮਿਲਦਾ, ਪਰ ਆਰਡਰ ਤੇ ਮਿਲਦਾ ਜਿਹਨਾਂ ਦੇ ਕੋਲ ਹੈਗੇ, ਕਹ ਲਓ 100 ਰੁਪਏ ਚੀਜ਼ 1000 ਰੁਪਏ ਦੀ ਕਲਾ ਮਿਲ ਜਾਵੇ। ਗੱਲ ਤਾਂ ਇਹ ਆ, ਕੋਈ ਇਦਾਂ ਨਾ ਬੰਦੇ ਕਹਿੰਦੇ ਭਾਈ ਰੇਟ ਬਹੁਤ ਹੈ, ਇਹ ਇਦਾਂ ਭਾਈ ਜਿਹਨਾਂ ਕੋਲ ਹੈਗੀਆਂ ਚੀਜ਼ਾਂ ਆਪਣੇ ਨੇ ਆਪਣਾ ਹੀ ਰੇਟ ਰੱਖਿਆ ਸੀ, ਕਿਉਂਕਿ ਇਹ ਕਿਹੜਾ ਇਦਾਂ ਹੈ ਕਿ ਤੁਸੀਂ ਕੰਪਨੀ 'ਚ ਆ ਕੇ ਜਾਂ ਦੁਕਾਨ ਤੋਂ ਲੈ ਲਓਗੇ? ਸਮਾਨ ਨਹੀਂ ਆਉਂਦਾ ਹੁਣ ਜਿਪਸੀ, ਮੈਂ ਇਹਦੀ ਗੱਲ ਕਰਾਂ, ਸਾਰਾ ਸਮਾਨ ਇਹਦੇ ਜੈਨੂਅਨ ਪੈ ਰਿਹਾ ਹੈ, ਹੁਣ ਬੰਦਿਆਂ ਨੇ ਕਹਿਣਾ ਜੈਨੂਅਨ ਕਿੱਦਾਂ, ਆਹ ਦੇਖੋ ਆ ਸਾਰਾ MGP ਦਾ ਹੀ ਲੋਗੋ ਕਿੱਟਾਂ ਆ ਗਈਆਂ, ਠੀਕ ਆ ਜੀ, ਆ ਲੋਗੋ ਆ ਗਏ ਸਾਰੇ MGP। ਇਹ ਭਾਜੀ ਇੰਨਾ ਇੰਨਾ ਸਮਾਨ ਤੁਸੀਂ ਬਰੀਕੀ 'ਚ ਲੱਭਦੇ ਕਿੱਥੋਂ? ਸਾਰਾ ਮਿਲ ਜਾਂਦਾ ਭਾਈ, ਪੈਟਰੋਲ ਟੈਂਕ ਦਾ ਢੱਕਣ ਆ ਗਿਆ, ਜੇ ਨਟ ਤੱਕ ਚੇਂਜ ਕਰਾਉਣਾ ਹੋਵੇ ਉਹ ਵੀ ਕਰ ਦੂੰਗੇ, ਉਹ ਵੀ ਮਿਲ ਜੂਗਾ, ਓਰੀਜਨਲ ਸਮਾਨ ਲੈਣਾ ਉਹ ਵੀ ਮਿਲ ਜੂਗਾ। ਆ ਜਾਓ ਆ ਮਰੂਤੀ ਸੁਜ਼ੂਕੀ ਦਾ ਆ, ਠੀਕ ਹੈ ਜੀ, ਓਰੀਜਨਲ, ਅਤੇ ਇਹਦੇ ਵਿੱਚ ਕੀ ਆ ਕੰਬੀਨੇਸ਼ਨ ਸਵਿੱਚ, ਮਤਲਬ ਜਿੱਥੇ ਲਾਈਟਾਂ ਵਗੈਰਾ ਆਉਂਦੀ, ਇਹ ਵੀ ਓਰੀਜਨਲ ਆ, ਇਹ ਵੀ ਓਰੀਜਨਲ MGB ਆ, ਇਹ ਵਾਇਰਿੰਗ ਪੈਣੀ ਉਹ ਵੀ ਓਰੀਜਨਲ ਪੈਣੀ, ਕਦੀ ਕਦੀ ਚੀਜ਼ ਓਰੀਜਨਲ ਪੈਣੀ ਤੇ ਗੱਡੀ ਕੱਪੋ, ਹਲੇ ਤਿਆਰ ਹੋ ਰਹੀ ਆ। ਮੁੱਕਦੀ ਗੱਲ ਇਹੀ ਆ ਯਾਰ ਕਿ ਭਾਜੀ ਖਰਚਾ ਤਾਂ ਹੀ ਵੱਧਦਾ ਯਾਰ, ਚੀਜ਼ ਤੁਸੀਂ ਕੁਆਲਿਟੀ ਦੀ ਪਾਣੀ ਆ, ਖਰਚਾ ਵਧੂਗਾ ਹੀ ਹੈ ਨਾ। ਹੁਣ ਭਾਜੀ ਬੰਦੇ ਅੰਦਰ ਤੋਂ ਹੈ, ਅੰਦਰ ਕਹਿਣਾ ਕਿ ਰੰਗ ਨਹੀਂ ਮਾਰਿਆ, ਇਹ ਰੰਗ ਨਹੀਂ ਹੋਣਾ ਭਾਜੀ, ਇਹ ਲਈ ਫਿਲਹਾਲ ਦੀ ਕੜੀ ਕੱਚਾ ਹੀ ਕੰਮ, ਇਹਦੇ ਵਿੱਚ ਕੋਟਿੰਗ ਹੋਣੀ ਆ, ਰੈਪਟਰ ਕੋਟਿੰਗ, ਰੈਪਟਰ ਕੋਟਿੰਗ ਕਰੂਗੇ, ਥੱਲੇ ਰੈਪਟਰ ਕੋਟਿੰਗ ਹੋਣੀ ਆ। ਗੱਲ ਤਾਂ ਭਾਜੀ ਫਿਰ ਬੰਦੇ ਦੇ ਖਰਚੇ ਤੇ ਆ ਜਾਂਦੀ, ਜੇ ਭਾਜੀ ਛੱਤ ਚੈੱਕ ਕਰੋ, ਹਾਂ ਛੱਤ ਦੇਖੋ, ਇਹ ਨੋਰਮਲ ਵੀ ਰਹਿ ਸਕਦੀ ਸੀ, ਨਹੀਂ ਨਹੀਂ ਨਹੀਂ, ਹਾਂ ਨੋਰਮਲ ਵੀ ਰੱਖ ਸਕਦਾ, ਜੇ ਰੱਖਣੀ ਸੀ ਬੰਦਾ ਨੋਰਮਲ ਰੱਖ ਸਕਦਾ, ਹੁਣ ਜਿਹੜਾ ਤੇ ਸ਼ੀਸ਼ਾ ਉਹ ਵੀ ਸਪੈਸ਼ਲ ਗ੍ਰੀਨ ਪਾਣਾ, ਗ੍ਰੀਨ ਟਿੰਟ ਪਾਣਾ, ਜੇ ਕਿਸੇ ਨੇ ਕੁਆਲਿਟੀ ਨਾਲ ਕੰਪਰੋਮਾਈਜ਼ ਕਰਨਾ ਹੋਵੇ ਉਹ ਤਾਂ ਫਿਰ ਤੁਹਾਡੇ ਬਜਟ ਤੇ ਆ ਗਈ ਗੱਲ, ਉਹੀ ਤਾਂ ਗੱਲ ਹੈ ਨਾ, ਅਗਲੇ ਕਹਿੰਦੇ ਸਾਨੂੰ ਭਾਈ ਚੀਜ਼ 'ਚ ਕਮੀ ਨਹੀਂ ਆਣੀ ਚਾਹੀਦੀ, ਕੋਈ ਉਹ ਨਾ ਕਰੇ ਚੀਜ਼ ਯਾਰ, ਭਾਜੀ ਫਾਇਦਾ ਤਾਂ ਉਹੀ ਆ, ਜੇ ਹੁਣ ਤੁਹਾਡੀ ਗੱਡੀ ਮਹੀਨੇ ਦੇ ਵਿੱਚੋਂ 4 ਦਿਨ ਮਕੈਨਿਕ ਤੇ ਖੜੀ ਰਹੀ ਉਹਦਾ ਫਾਇਦਾ ਕੀ ਆ, ਜੀ ਤਾਂ ਗੱਲ ਇੱਥੇ ਕਿੰਨਾ ਸਮਾਨ ਹੁੰਦਾ ਆ ਜਿਹੜਾ ਕਿ ਚਲੋ ਐਂਪ ਦੀ ਗੱਲ ਕਰ ਲਈ, ਰੌਕਫੋਰਡ ਦਾ ਐਂਪ ਹੈ, ਮੋਨੋਬਲੋਕ, ਸੋਰੀ ਮੋਨੋਬਲੋਕ ਹੈ,
ਆ ਮੈਕਸਲ ਦੀ ਟੱਚ ਪੈਨਲ ਆ ਜਿਹੜਾ ਉੱਪਰ ਡਿਸਪਲੇ ਲੱਗਿਆ ਸਾਰਾ ਇਸ ਜਿਪਸੀ ਲਈ ਹਾਂ ਸਾਰਾ ਇਸ ਜਿਪਸੀ ਦਾ 9 ਇੰਚ ਦੀ ਆ ਜਿਹੜੀ ਉੱਪਰ ਆਪਾਂ ਲਾਣੀ ਆ ਡੈਸ਼ਬੋਰਡ ਦੇ ਉੱਪਰ ਔਰ ਟੋਰਪੀਡੋ ਦਾ ਐਂਪ ਆ ਗਿਆ ਸਪੀਕਰਾਂ ਦੇ ਲਈ ਆ ਸਪੀਕਰ ਆ ਗਏ ਪਾਇਆ ਨੀਰ ਦੇ ਡੀਡੀ ਦੇ ਆ ਸਪੈਸ਼ਲ ਫਰੰਟ ਦੇ ਲਾਣੇ ਦੇ 6 ਇੰਚ ਸਪੀਕਰ ਆ ਹਿੰਜ ਲੱਗਣੇ ਆ ਠੀਕ ਹੈ ਪਾਵਰ ਵਿੰਡੋ ਟੋਰਕ ਦੀਆਂ ਇਹ ਵੀ ਨਹੀਂ ਦੇਸੀ ਪਾਵਰ ਵਿੰਡੋ ਟੋਰਕ ਇਹ ਸਾਰਾ ਸਮਾਨ ਪਹਿਲੇ ਲਿਆ ਕੇ ਰੱਖ ਲਿਆ ਇਹ ਫਿਰ ਜਦੋਂ ਤਿਆਰ ਹੋਊਗੀ ਪਤਾ ਲੱਗਣਾ ਹਨਾ ਚੀਜ਼ ਉਦੋਂ ਕੀ ਆ ਓ ਅੱਛਾ ਠੀਕ ਆ ਏਸੀ ਵੈਂਟ ਦੇ ਲੇਟੈਸਟ ਏਸੀ ਵੈਂਟ ਇਹ ਲੇਟੈਸਟ ਆ ਏਐਮਜੀ ਸਟਾਈਲ ਆ ਨਾ ਇਹ ਹੋਰ ਏਐਮਜੀ ਤੋਂ ਉੱਤੇ ਆ ਗਈ ਉਹਦੇ ਵਿੱਚ ਬਸ ਇਹਦੇ ਵਿੱਚ ਲਾਈਟ ਚੱਲਦੀ ਸੀ ਨਾ ਇਹ ਘੜਿਆਂ 'ਚ ਵੀ ਲਾਈਟਾਂ ਚੱਲੂਗੀਆਂ ਨੇ ਇੱਥੇ ਵੀ ਮਲਟੀ ਕਲਰ ਚੱਲੂਗੀਆਂ ਐਪ ਦੇ ਨਾਲ ਇਹ ਤਾਂ ਫਿਰ ਮਹਿੰਗੇ ਹੋਣਗੇ ਇਹ ਮਹਿੰਗੇ ਆ ਨੋਰਮਲ ਮਹਿੰਗੀਆਂ ਇਹ ਫਿਰ ਬਾਈ ਜਿਹੜਾ ਬੰਦਾ ਪੈਸਾ ਲਾ ਰਿਹਾ ਨਾ ਉਹਨੂੰ ਚੀਜ਼ ਵੀ ਮਿਲੂਗੀ ਨਾਲੇ ਉਹੀ ਤਾਂ ਗੱਲ ਹੈ ਮੁੜ ਕੇ ਤਿਆਰ ਵੀ ਉਦਾਂ ਦੀ ਹੋਊਗੀ ਐਂਪ ਆ ਗਿਆ ਇਹ ਤਾਂ ਹੂਟਰ ਦਾ ਆ ਗਿਆ ਮੇਰੇ ਹਿਸਾਬ ਨਾਲ ਨਾ ਲੱਗਣਾ ਆ ਠੀਕ ਹੈ ਇਹ ਡਬਲ ਟੋਨ ਆ ਭਾਜੀ ਇਹ ਡਬਲ ਟੋਨ ਹੈ ਹਾਂ ਡਬਲ ਟੋਨ ਟ੍ਰਿਪਲ ਟੋਨ ਹੈ ਫਾਇਰ ਵਾਲੀ ਐਂਬੂਲੈਂਸ ਵਾਲੀ ਪੁਲਿਸ ਵਾਲੀ ਹੈ ਠੀਕ ਹੈ ਇਹ ਚ ਇੱਕ ਹੋਰ ਆਪਸ਼ਨ ਆਉਂਦੀ ਆ ਇਹ ਮਾਈਕਰੋ ਉਹ ਜਿਹੜਾ ਮਾਈਕ ਜਿਹਾ ਲੱਗ ਜਾਂਦਾ ਨਹੀਂ ਨਹੀਂ ਇਹ ਚ ਇੱਕ ਆ ਵੀ ਆਂਦੀ ਇਹ ਸਾਇਰਨ ਵਿੱਚ ਵੀ ਦੋ ਟਿਊਨ ਆ ਗਈਆਂ ਆ ਇਹਦੇ ਵਿੱਚ ਅੱਛਾ ਆ ਚੇਂਜ ਟੋਨ ਹਾਂ ਇਹ ਤੇ ਦੋ ਟਿਊਨ ਆ ਗਈਆਂ ਦੋ ਟਿਊਨਸ ਇਕੱਠੀਆਂ ਚੱਲਦੀਆਂ ਸਾਇਰਨ ਦੇ ਟਾਈਮ ਤੇ ਇਹਨੂੰ ਕਿੰਨੇ ਕੁ ਟਾਈਮ ਚ ਕਰ ਦੋਗੇ ਤਿਆਰ ਤੁਸੀਂ ਭਾਜੀ ਮਹੀਨਾ ਮਰ ਮਹੀਨਾ ਇਦਾਂ ਨਹੀਂ ਅੱਜ ਹੋ ਗਈ ਆ ਪਹਿਲੀ 31 ਤੇ ਪਹਿਲੀ ਇੱਕ ਆ ਜੇ 1 ਜੂਨ 15 ਤਰੀਕ ਤੱਕ ਹੋ ਜਾਣੀ ਤਿਆਰ ਹੈ ਮਤਲਬ ਕਿ ਆਪਾਂ ਇਹਦੀ 19 ਜਾਂ 20 ਨੂੰ ਵੀਡੀਓ ਛੱਡ ਦਵਾਂਗੇ ਹਨਾ ਬਣਾ ਕੇ ਕਿ ਕੀ ਚੀਜ਼ ਬਣੀ ਆ ਅਗਲੇ ਨੇ ਹੁੱਕ ਲਾਣੀ ਹੈ ਗੱਡੀ ਨੂੰ ਇਹ ਵੀ MGP ਦੀ ਓਰੀਜਨਲ ਹੁੱਕ ਆਈ ਆ ਓਰੀਜਨਲ ਮਰੂਤੀ ਦੀ ਹੁੱਕ ਆ ਇਹ ਯਾਰ ਉਹੀ ਗੱਲ ਆ ਜੇ ਪੈਸਾ ਖਰਚੂਗੇ ਚੀਜ਼ ਤਾਂ ਹੀ ਮਿਲੂਗੀ ਠੀਕ ਆ ਕਿਹੜੀ ਚੀਜ਼ ਮਿਲੂਗੀ ਮਿਲਦੀ ਸਭ ਕੁਝ ਆ ਪੈਸਾ ਖਰਚਣਾ ਪੈਂਦਾ ਜੇ ਤੁਸੀਂ ਕਹੋਗੇ ਕਿ ਘੱਟ ਪੈਸੇ ਦੇ ਉੱਤੇ ਚੀਜ਼ ਵਧੀਆ ਚਾਹੀਦੀ ਆ ਉਹ ਤਾਂ ਭਾਜੀ ਫਿਰ ਜਦ ਫਸਟ ਕਾਪੀ ਵੀ ਮੇਰੇ ਹਿਸਾਬ ਨਾਲ ਬਹੁਤ ਮੁੱਲ ਆ ਸਾਨੂੰ ਤਾਂ ਇਸ ਚੀਜ਼ਾਂ ਦੀ ਨੌਲੇਜ ਹੈਗੀ ਹਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿਹੜੀ ਅਸਲੀ ਤੇ ਕਿਹੜਾ ਨਕਲੀ ਆ ਹੁਣ ਆ ਸੀਟਾਂ ਆ ਇਹ ਵੀ ਸੀਟਾਂ ਨੋਵਾ ਦੀਆਂ ਲੱਗਣੀਆਂ ਇਹਦੇ ਵਿੱਚ �ਠੀਕ ਹੈ ਚਲੋ ਗੰਦੀਆਂ ਹੋਈਆਂ ਹੁਣ ਤਾਂ ਤੁਹਾਨੂੰ ਤਜਰਬਾ ਹੋ ਗਿਆ ਹੋਣਾ ਨਾ ਕਿਹੜਾ ਕੀ ਆ ਕਿਹੜਾ ਨਹੀਂ ਆ ਕੀ ਨੇਰੀ ਤੂਫਾਨ ਉਹ ਮਿੱਟ ਕਿਹੜਾ ਘੱਟ ਵਗਦਾ ਸਾਰਾ ਸਮਾਨ ਉੱਤੇ ਗੰਦਾ ਹੀ ਹੋਇਆ ਪਿਆ ਸਮਝ ਗਿਆ ਮੈਂ ਮਿੱਟੀ ਪੌੜਦੀ ਆ ਤੇ ਗੱਲ ਕਰੀਏ ਭਾਜੀ ਇਹਦੇ ਟਾਇਰਾਂ ਦੀ ਇਹਨੂੰ ਟਾਇਰ ਕਿਹੜੇ ਛੱਡਣੇ ਆ ਇਹ ਭਾਈ ਮੈਕਸਿਸ 235 ਉਹ ਵੀ ਆ ਰਹੇ ਨੇ ਕੱਲ ਪਰਸੋਂ ਤੱਕ ਵੀ ਆ ਰਹੇ ਨੇ ਇਹ ਫਿਲਹਾਲ ਜਗਾੜ ਕੀਤਾ ਹੈ ਨਾ ਰੋੜਨ ਦੇ ਲਈ ਆ ਮੋਰੇ ਪਾਈਓ ਤਾਂ ਹੈਟੋ ਕੰਮ ਕੰਮ ਕਰਨਾ ਹੁੰਦਾ ਨਾ ਉਦੋਂ ਇਹ ਸਸਪੈਂਸ਼ਨ ਦਾ ਕੰਮ ਨਿਬੇੜਿਆ ਹੀ ਆ ਘਰ ਲਿਆ ਗੱਡੀ ਖੜੀ ਕੀਤੀ ਅੰਦਰ ਬਾੜੀ ਆ ਸ਼ਾਮ ਨੂੰ ਇਹਦੇ ਏਸੀ ਵੈਂਟ ਫਿੱਟ ਕਰਨ ਲੱਗਾ ਆ ਨਾਲੇ ਹੱਥ ਵੱਢ ਹੋ ਗਿਆ ਹਾਂ ਆ ਹੱਥ ਦੇਖ ਲਓ ਇੱਧਰ ਕੀ ਬਣ ਗਿਆ ਕੰਮ ਕਰਨੇ ਕਿਹੜਾ ਸੌਖੇ ਆ ਤੇ ਉਦੋਂ ਦੀ ਗੱਡੀ ਇਦਾਂ ਖੜੀ ਆ ਮੈਂ ਮਾੜਾ ਮੋਟਾ ਕੰਮ ਕਰਤਾ ਸੀਗਾ ਜਿੰਨਾ ਖੁੰਦਾ ਸੀਗਾ ਕਿਉਂਕਿ ਜ਼ਿਆਦਾ ਹੱਥ ਤੇ ਜ਼ੋਰ ਨਹੀਂ ਪਾਣਾ ਸੀਗਾ ਹੁਣ ਸੋਮਵਾਰ ਤੋਂ ਇਹਦੇ ਦੁਆਲੇ ਹੋਣਾ ਪੂਰਾ ਪ੍ਰੋਪਰ ਦੁਬਾਰਾ ਹਾਂ ਇਹ ਚੀਜ਼ ਮਤਲਬ ਜੋ ਲੁੱਕ ਦੇ ਰਹੀ ਹੈ ਮੈਨੂੰ ਲੱਗਦਾ ਵਧੀਆ ਤਿਆਰ ਹੋਊਗੀ ਜਦੋਂ ਬਣੀ ਹੈ ਨਾ ਉਹ ਗੱਡੀਆਂ ਉੱਧਰ ਖੜੀਆਂ ਨਾ ਹਾਂ ਉਹ ਚੀਜ਼ਾਂ ਦੇ ਵਿੱਚੋਂ ਹੀ ਇੱਕ ਚੀਜ਼ ਤਿਆਰ ਹੋਊਗੀ ਸਿੰਪਲ ਸੋਬਰ ਪਰ ਟਾਇਰਾਂ ਦੀ ਗੇਟਅਪ ਸਿਸਟਮ ਦੀ ਪਰ ਗੱਲ ਇਦਾਂ ਹੈ ਨਾ ਕਿ ਆਪਣੇ ਵਾਲੀਆਂ ਗੱਡੀਆਂ ਦੀ ਸੈਲਫ ਮਾਰੋ ਤਾਂ ਇਦਾਂ ਲੱਗਦੀਆਂ ਇਲੈਕਟ੍ਰਿਕ ਗੱਡੀਆਂ ਆ ਆਵਾਜ਼ ਨਹੀਂ ਕਰਦੀਆਂ ਕਰੂਗੀ ਇਹ ਚੀਜ਼ ਪ੍ਰੋਪਰ ਇੱਕ ਆਪਾਂ ਚੇਤੇ ਜਿਪਸੀ ਦੀ ਵੀਡੀਓ ਕੀਤੀ ਸੀਗੀ ਉਹ ਕਿਹੜੀ ਜਿਪਸੀ ਸੀਗੀ ਜਿਹੜੀ ਹਾਂ ਵਾਈਟ ਵਾਲੀ ਜਿਹਦੇ ਤੇ ਹਿੰਜ ਲੱਗੇ ਸੀਗੇ ਸਾਈਡ ਤੇ ਉਹ ਯਾਰ ਉਹ ਵਿੱਚ ਬੈਠ ਕੇ ਨਹੀਂ ਪਤਾ ਲੱਗਦਾ ਉਹਦਾ ਸਿਰਫ ਹੁੰਦਾ ਜਦੋਂ ਆਪਾਂ ਬੋਨਟ ਚੱਕਿਆ ਉਸ ਵੇਲੇ ਆਵਾਜ਼ ਆਈ ਕਿ ਹਾਂ ਉਦੋਂ ਪਤਾ ਲੱਗਾ ਕਿ ਇੰਜਣ ਪੈਟਰੋਲ ਆ ਇਹਦੇ ਵਿੱਚ ਇਦਾਂ ਇਹਦਾ ਵੀ ਇਹੀ ਆ ਕਰੂਗੀ ਆਹੀ ਚੀਜ਼ ਦਾ ਕੰਮ ਹੋ ਗਿਆ ਗੱਡੀ ਸਟਾਰਟ ਕਰ ਦਿੱਤੀ ਓ ਮੈਂ ਹੁਣ ਆ ਦੇਖੋ ਹੁਣ ਚਲੋ ਨਹੀਂ ਇੱਥੇ ਪਤਾ ਨਹੀਂ ਥਰੋਟਲ ਵਾਲੀ ਦੇ ਵਿੱਚ ਨਿਗਾ ਮਾਰੋ ਡਸਟ ਪਈ ਆ ਦੇਣਾ ਵਿੱਚੋਂ ਵੀ ਥਰੋਟਲ ਬੜੀ ਨਵੀਂ ਹੈ ਹਾਂ ਚੈੱਕ ਕਰ ਜਿਹੜੇ ਸੈਂਸਰ ਵੀ ਨਵੇਂ ਪਏ ਹੋਏ ਇਹਦੇ ਚਲੋ ਜਿਹੜੇ ਬੰਦੇ ਨੂੰ ਨੋਲੇਜ ਆ ਨਾ ਨਵੇਂ ਪਏ ਹੋਏ ਜਿਹੜੇ ਬੰਦੇ ਨੂੰ ਨੋਲੇਜ ਆ ਉਹ ਤਾਂ ਸਮਝ ਜਾਊਗਾ ਕਿ ਆ ਕੀ ਕਹਿਣਾ ਚਾਹੁੰਦੇ ਆ ਨਾ ਸੈਂਸਰ ਪਲੱਗ ਹੋਰ ਜੋ ਕਲੱਚ ਪਲੇਟ ਪ੍ਰੈਸ਼ਰ ਪਲੇਟ ਵੈਰਿੰਗ ਗੇਅਰ ਦਾ ਕੰਮ ਇਹ ਵਿਦ ਪੇਪਰ ਤਿਆਰ ਕਰ ਰਹੇ ਆ ਹਾਂ ਪੇਪਰਾਂ ਨਾਲ ਵੈਲਿਡ ਗੱਡੀ ਠੀਕ ਹੈ 30 ਤੱਕ ਗੱਡੀ ਵੈਲਿਡ ਹੈ ਇਹ ਓਕੇ ਪੇਪਰ ਹੈਗੇ ਸਾਡੇ ਕੋਲ ਪ੍ਰੋਪਰ ਇਹਦੇ ਸਮਝ ਗਏ ਮਤਲਬ ਯਾਰ ਉਹੀ ਆ ਕਿ ਜੇ ਕਿਸੇ ਨੇ ਕਰਾਣੀ ਹੋਵੇ ਜਿਪਸੀ ਜੀਪ ਬੁਲਟ ਜਾਮਾ ਮਤਲਬ ਗੱਡੀ ਕੋਈ ਵੀ ਹੋਵੇ ਕੋਈ ਵੀ ਬਸ ਇਹ ਕਿ ਬੰਦਾ ਸ਼ੌਂਕ ਵਾਲਾ ਹੋਵੇ ਇਹ ਨਹੀਂ ਕਿ ਯਾਰ ਨਹੀਂ ਇਦਾਂ ਨਹੀਂ 500 ਦਾ ਇੱਥੇ ਘੱਟ ਮਿਲਦਾ ਹਾਂ ਕਿਉਂਕਿ ਯਾਰ ਗੱਲ ਇਦਾਂ ਆ ਕਿ ਪੈਸੇ ਖਰਚੂਗੇ ਚੀਜ਼ ਤਾਂ ਤਾਂ ਹੀ ਬਣੂਗੀ ਹੁਣ ਉਧਰ ਜਿਹੜੀਆਂ ਗੱਡੀਆਂ ਤਿਆਰ ਕਰਕੇ ਖੜੀਆਂ ਕੀਤੀਆਂ ਉਹ ਇੱਕ ਦਿਨ ਆਪਾਂ ਸਪੈਸ਼ਲ ਵੀਡੀਓ ਕਰਾਂਗੇ ਉੱਥੇ 5-6 ਗੱਡੀਆਂ ਖੜੀਆਂ ਤੇ ਉਹ ਤੁਹਾਨੂੰ ਪਤਾ
ਇਹ ਰਹਿਣ ਦੇ ਬਹੁਤ ਲੰਬੀ ਹੋ ਗਈ, ਉਹ ਕਿਸੇ ਨੂੰ ਚੰਗੀ ਤਰ੍ਹਾਂ ਸਮਝਾਵਾਂਗੇ ਤੁਹਾਨੂੰ ਨਾ ਦੱਸਾਂਗੇ ਕਿ ਇਹ ਮੇਨਟੇਨ ਕਰਨੀਆਂ ਕਿੰਨੀਆਂ ਔਖੀਆਂ ਆ। ਮਤਲਬ ਕਿ ਯਾਰ ਚੀਜ਼ ਲੱਭ ਭਾਜੀ, ਜਿਹੜੇ ਬੰਦੇ ਨੂੰ ਨੌਲੇਜ ਆ ਚੀਜ਼ ਵੀ ਉਹੀ ਲੱਭ ਸਕਦਾ। ਸਾਡੇ ਵਰਗਾ ਲੈਣ ਗਿਆ ਸਾਨੂੰ 500 ਵਾਲੀ ਚੀਜ਼ 1200 ਚ ਛੇਪ ਦੇਵੇ ਕੋਈ, ਉਹੀ ਤਾਂ ਮਸਲਾ ਤਾਂ ਇਹ ਆ ਨਾ। ਬਾਕੀ ਠੀਕ ਆ, ਆਹ ਦੇਖ ਲਓ ਤੁਸੀਂ ਕਿ ਸਮਾਨ ਸਾਰਾ ਪਿਆ ਆ ਬੁਲਟ ਦਾ। ਜੇ ਕਿਸੇ ਨੂੰ ਅਲੋਏ ਵੀਲ ਚਾਹੀਦੇ ਅਲੋਏ ਵੀਲ ਓਰੀਜਨਲ ਸਮਾਨ ਚਾਹੀਦਾ, ਆਹ ਲੋ ਰਾਇਲ ਫੀਲਡ ਦਾ ਸਮਾਨ ਪਿਆ ਸਾਰਾ। ਆਹ ਵਾ ਸਾਰਾ ਰਾਇਲ ਫੀਲਡ ਦਾ ਹੀ ਪਿਆ ਪਿਆ ਰੱਖਿਆ ਹੀ ਆ, ਦੇਖਿਆ ਨਹੀਂ ਹੁੰਦਾ ਜਿਹੜਾ ਪੇਟੀ ਆ ਡੱਬੇ ਹੀ ਪਏ ਆ ਸਮਾਨ ਪੀਸ ਦਿੱਤਾ ਆ। ਆਹ ਹੋਂਡਾ ਦਾ ਸਮਾਨ, ਹੋਂਡਾ ਐਕਟਿਵਾ ਤਿਆਰ ਕੀਤੀ ਸੀ ਇੱਕ ਵਾਈਟ ਵਾਲੀ। ਹਾਂ ਕਦੀ ਵੀਡੀਓ ਪਾਈ ਆਪਾਂ? ਨਹੀਂ ਅਸੈਸਰੀ ਪਾਈ ਆ ਆਪਾਂ, ਐਕਟਿਵਾ ਦੀ ਨਹੀਂ ਪਾਈ। ਇੱਕ ਸੀਡੀ 100 ਕੀਤਾ ਸੀਗਾ ਐਕਟਿਵਾ ਵੀ ਕੀਤੀ, ਉਹ ਵੀ ਮੈਂ ਲੈ ਕੇ ਆਉਂਗਾ, ਉਹਦੇ ਵੀ ਸਮਾਨ ਪਾਈ ਸਾਰਾ ਜੈਨੂਇਨ ਸਮਾਨ ਪਿਆ ਸੀ। ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ, ਜਿਹੜਾ ਤੁਸੀਂ ਸਾਰੇ ਪਾਸੇ ਟਰਾਈ ਕਰ ਲਿਆ ਸਮਾਨ ਕਿਤੇ ਨਹੀਂ ਮਿਲਿਆ, ਉਹ ਸਾਡੇ ਕੋਲੋਂ ਟਰਾਈ ਕਰ ਲਿਓ, ਸਾਡੇ ਕੋਲੋਂ ਮਿਲ ਜੂਗਾ। ਪਰ ਟਾਈਮ ਲੱਗੂ, ਮਿਲ ਜੂ। ਕਿਹੜੀ ਚੀਜ਼ ਆਉਂਦੀ ਜਿਹੜੀ ਨਹੀਂ ਮਿਲਦੀ ਹੈਗੀ? ਨਟ ਤੱਕ ਵੀ ਦੇ ਦੇਵਾਂਗੇ, ਸਾਰਾ ਕੁਝ ਮਿਲ ਜੂ, ਹੈ ਨਾ, ਸਾਰਾ ਕੁਝ। ਬਾਕੀ ਜੇ ਕਿਸੇ ਨੂੰ ਚਾਹੀਦੀਆਂ ਸੈਕਿੰਡ ਹੈਂਡ ਟੈਂਕੀਆਂ ਪਈਆਂ ਆ, ਆ ਟਾਇਰ ਇਹ ਵੀ ਜਿਪਸੀ ਦੇ 235 ਨੰਬਰ ਪਏ ਆ, ਟਾਇਰ ਪਏ ਆ 3-4 ਟਾਇਰ ਪਏ, ਬੋਲਟ ਦੇ ਅਲੋਏ ਵੀਲ ਪਏ ਆ ਆਪਣੇ ਕੋਲ, ਗ੍ਰਿੱਲਾਂ ਪਈਆਂ ਜਿਪਸੀ ਦੀਆਂ, ਸੀਟਾਂ ਪਈਆਂ, ਬੁਲਟ ਦਾ ਇੰਜਣ ਪਿਆ ਵਾ, ਸਪੇਸਰ ਪਏ ਪਿਆ ਵਾ ਵੀ। ਮਤਲਬ ਯਾਰ ਕੁਛ ਵੀ ਚਾਹੀਦਾ, ਜੋ ਵੀ ਚਾਹੀਦਾ ਤੁਹਾਨੂੰ ਸਭ ਕੁਛ ਮਿਲ ਜਾਊਗਾ ਘਰੇ ਹੀ। ਇੱਧਰ ਦੇਖ ਲਓ ਤੁਸੀਂ ਗਰਾਜ ਤਿਆਰ ਕੀਤਾ ਆ। ਜੇ ਨੰਬਰ ਮੇਰਾ ਨਹੀਂ ਲੱਗਦਾ ਵਟਸਐਪ ਤੇ ਫੋਟੋ ਪਾ ਦਿਓ, ਵਟਸਐਪ ਛੱਡ ਦਿਓ, ਤੁਹਾਨੂੰ ਚੀਜ਼ ਤੁਹਾਨੂੰ ਜੋ ਚਾਹੀਦੀ ਮਿਲ ਜਾਊਗੀ। ਠੀਕ ਆ, ਬਾਕੀ ਮਿਲ ਤਾਂ ਕੁਛ ਨਹੀਂ, ਉੱਧਰ ਬਾਥਰੂਮ ਪਿਆ ਹਲੇ। ਉਹ ਆਹੋ ਸੱਚ, ਮੈਂ ਵੀਡੀਓ ਖਤਮ ਕਰਨ ਲੱਗਾ ਸੀਗਾ, ਤੁਹਾਨੂੰ ਦਿਖਾ ਦਈਏ ਕਿ ਅੰਦਰ ਦੇਖੋ ਹੁਣ। ਨਵੇ ਵੂਫਰ ਪਿਆ, ਲਾਈਟਾਂ ਪਈਆਂ, ਆਪਣੇ ਪੈਟਰੋਲ ਦੀ ਟੈਂਕੀ ਪਈ ਆ ਜਿਪਸੀ ਦੀ, ਔਰ ਟੋਰਪੀਡੋ ਦਾ ਐਂਪ ਪਿਆ ਆ, ਤੇ ਆ ਜਿਹੜੇ ਰਿਮ ਵਗੈਰਾ ਪਏ ਦੇਣੇ ਆ, ਇਹ ਆਪਣੇ ਆ, ਆਪਣੇ ਆ, ਆਪਣੇ ਪਰਸਨਲੀ ਕੰਮ ਆਉਗੇ। ਹਾਂ ਇਹ ਮੈਂ ਆਪਣੀ ਗੱਡੀ ਨੂੰ ਉਧਰ ਪਾਣੇ ਆ। ਠੀਕ ਆ, ਤੇ ਆ ਜੀਪ ਦੀਆਂ ਹੋ ਗਈਆਂ ਬਿਲਡਿੰਗਾਂ ਪਿੱਤਲ ਦੀਆਂ, ਜਿਹੜੀ ਜੀਪ ਤਿਆਰ ਕਰਨੀ ਉਹ ਪਿੱਤਲ ਦਾ ਸਮਾਨ ਲੱਗਣਾ ਸਾਰਾ। ਠੀਕ ਆ, ਕੁਆਲਿਟੀ ਹਾਂ ਇਹ ਚ ਸਟੀਲ ਵੀ ਆਉਂਦੀ ਪਰ ਪਿੱਤਲ ਦਾ ਲੈਣਾ ਆਪਾਂ ਇਹਨੂੰ ਸਾਰਾ। ਦੇਖ ਲਓ ਬਈ ਇੱਥੇ ਵੀ ਸਮਾਨ ਓਰੀਜਨਲ ਆ, ਸਾਰਾ ਜੀਪ ਜਿਪਸੀ ਦਾ ਪਿਆ ਆ, ਆਪਣੇ ਕੋਲ ਯਾਰ ਉਹੀ ਗੱਲ ਆ ਕਿ ਆਪਣੇ ਕੋਲ ਸਮਾਨ ਤੁਹਾਨੂੰ ਸਾਰਾ ਓਰੀਜਨਲ ਹੀ ਮਿਲੂਗਾ, ਕਿਉਂਕਿ ਮੇਰੇ ਹਿਸਾਬ ਨਾਲ ਅਸੈਸ ਦਾ ਰਿਮ ਪਿੱਛੇ ਵਾਲਾ, ਇਹਦੀ ਤਾਂ ਵੀਡੀਓ ਕੀਤੀ ਪਈ ਅਸੈਸਰੀ ਆਪਾਂ, ਇਹਦੀ ਕੀਤੀ ਆ। ਹਾਂ ਮਤਲਬ ਤੁਹਾਨੂੰ ਦੱਸ ਦਈਏ ਕਿ ਆਪਣੇ ਕੋਲ ਕੁਆਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਆ। ਹਾਂ ਤੇ ਉਹ ਆਪਣੇ ਇਹ ਜਿਪਸੀ ਜਿਹੜੀ ਉਹਦੇ 3 ਨੰਬਰ ਆਪਣੀ ਉੱਚੀ ਵਾਲੀ ਆ, ਹਾਂ ਉਹਦਾ ਸਸਪੈਂਸ਼ਨ ਤਿਆਰ ਕਰਨਾ ਤਾਂ ਉਹਦਾ ਸਮਾਨ ਪਿੱਛੇ, ਸਮਾਨ ਹਲੇ ਕਰ ਰਹੇ ਆ ਉਹਦਾ, ਫਿਰ ਹਾਂ ਉਹ ਦੁਬਾਰਾ ਅਪਡੇਟ ਕਰਨੀ ਆ। ਠੀਕ ਹੈ, ਸਾਰਾ ਸਮਾਨ ਦਾ ਅਪਡੇਟ। ਬਾਕੀ ਚਲੋ ਠੀਕ ਆ, ਤੁਹਾਨੂੰ ਦਿਖਾ ਦਿੱਤਾ ਕਿ ਬੁਲਟ ਜਿਪਸੀਆਂ ਜੀਪਾਂ ਜੋ ਵੀ ਆ ਇੱਥੇ ਤਿਆਰ ਇੱਥੇ ਹੀ ਕਰਦੇ ਆ ਭਾਜੀ, ਜਿਹਨੇ ਕੰਮ ਕਰਨਾ ਕਰੇ ਹੀ ਦਿੰਦਾ ਹਨਾ। ਬਾਕੀ ਇਹ ਕਿ ਪੇਂਟ ਬੂਥ ਬਣਾਏ ਹੋ ਵੱਖਰੇ। ਹਾਂ ਉਹ ਗੱਡੀ ਇੱਥੇ ਅਸੈਂਬਲਿੰਗ ਇੱਥੇ ਕਰ ਦਈਦੀ ਹੈ, ਡਿਜ਼ਾਈਨਿੰਗ ਹੋ ਗਿਆ, ਸਟਿਕਰਿੰਗ ਹੋ ਗਿਆ, ਜੋ ਪੁੱਠੇ ਸਿੱਧੇ ਪੰਗੇ ਇੱਥੇ ਲੈ ਹੋਣੇ ਆ। ਸਹੀ ਆ, ਚਲੋ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਹੁਣ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਵੀਡੀਓ ਨੂੰ ਕਰ ਦਿਓ ਲਾਈਕ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਅਤੇ ਬਾਏ।